ਤੁਸੀਂ ਇੱਕ ਮੱਛੀ ਤਲਾਬ ਪੰਪ ਨੂੰ ਵਰਤ ਕੇ ਇੱਕ ਸ਼ਾਨਦਾਰ ਟੋਰਨੈਡੋ ਬਣਾ ਸਕਦੇ ਹੋ। ਪੰਪ ਦੇ ਆਊਟਲੈਟ ਨੂੰ ਪਲਾਸਟਿਕ ਪਾਈਪ ਰਾਹੀਂ ਕੱਟੋ, ਬੋਤਲ ਦੇ ਸਿਖਰ ਤੱਕ ਲੈ ਕੇ ਜਾਓ। ਬੋਤਲ ਵਿੱਚੋਂ ਪਾਣੀ ਪੰਪ ਦੇ ਵਿੱਚ ਜਾਏਗਾ। ਹੁਣ ਇੱਕ ਪੂਰੀ ਤਰ੍ਹਾਂ ਇਕੱਠਾ ਹੈ, ਪਾਈਪ ਦੇ ਪੱਧਰ ਤੱਕ ਕੱਟ ਬੋਤਲ ਨੂੰ ਪਾਣੀ ਨਾਲ ਭਰ ਦਿਓ ਅਤੇ ਫਿਰ ਮੱਛੀ ਤਲਾਬ ਪੰਪ ਨੂੰ ਸ਼ੁਰੂ ਕਰ ਦਿਓ। ਬੋਤਲ ਦੇ ਕਿਨਾਰਿਆਂ ਤੇ ਘੁੰਮਦਾ ਹੋਇਆ ਪਾਣੀ ਇੱਕ ਵਾਬਰੋਲਾ ਬਣੇਗਾ। ਛੇਤੀ ਹੀ ਤੁਸੀਂ ਇੱਕ ਸੋਹਣਾ ਜਿਹਾ ਕੋਣ ਦੇਖੋਗੇ, ਇੱਕ ਸਟਾਇਰੋਫੋਮ ਬਾਲ। ਇਸ ਵਿੱਚ ਵਾਬਰੋਲੇ ਵਿੱਚ ਰੱਖੋ ਅਤੇ ਇਹ ਅੰਦਰ ਖਿੱਚ ਲਿੱਤੀ ਜਾਵੇਗੀ। ਤੁਸੀਂ ਪਾਣੀ ਨੂੰ ਇੱਕ ਪਵੰਡਰ ਵਾਂਗ ਘੁੰਮਦੇ ਦੇਖੋਗੇ, ਜਿਸ ਵਿੱਚ ਫੋਮ ਦੀ ਬਾਲ ਇਸ ਕਾਲੇ ਛੇਦ ਵਿੱਚ ਖਿੱਚ ਲਈ ਜਾਵੇਗੀ।